भाव है उनकी टिकटों के आवंटन के लिए इलेक्शन कमेटी की बैठक है, तो वही हम सब इकट्ठे हुए हैं क्योंकि वो अनाउंस हुए हैं 19 तारीख को, तो उसकी सब तैयारी आज करेंगे। क्या क्या रहने वाला है सर, किस तरीके से रहेगी? नहीं तो मेरिट पे है जी, हमने वहाँ पे प्रॉपर जिला प्रभारी भी लगाए थे, जिला अध्यक्ष भी हैं, जिन लोगों ने चुनाव लड़ा विधानसभा का वो भी है, तो भाजपा की टीम तो काम करती रहती है निरंतर, तो वो आपस में प्रॉपर विचार विमर्श करेंगे और उसके बाद वो प्रोसेस को कंप्लीट करेंगे। सर विधानसभा का सेशन खत्म होया, उस तो अगले दिन स्टेट इलेक्शन कमिश्नर ने इलेक्शन दिया तरीकों का ऐलान करता, उस तो बाद तीन छुट्टियां सी ते 4 तारीख तो नॉमिनेशन शुरू हुआ। नहीं, बहुत सिस्टम हाईजैक किया कांग्रेस ने तानाशाही तरीके दे नाल, ना उन्होंने कोल तैयारी सी, ना वो सानू कोई लिस्टा प्रोवाइड कर रहे हैं, जिहड़ी रिजर्वेशन भी सी सीट्स दी वह भी एंड मूवमेंट के उत्ते की है, टोटली कोलैप्स सिस्टम है, पर क्योंकि एक डेमोक्रेसी है सानू उम्मीद नहीं कि फिर इलेक्शन करेंगे, क्योंकि पहले भी अर्बन लोकल बॉडीज क्योंकि स्टेट का इलेक्शन कमीशन करवाता है, पर ये लोग बैकडोर तो हाईजैक करते हैं कांग्रेस की जोड़ी गवर्नमेंट है। ਤੁਸੀਂ ਦੇਖਿਆ ਕਿ ਤਾਨਾਸ਼ਾਹੀ ਤਰੀਕੇ ਦੇ ਨਾਲ ਲੋਕਤੰਤਰ ਦੀ ਹੱਤਿਆ ਕਰਕੇ ਜਿਹੜੇ ਕਾਰਪੋਰੇਸ਼ਨਾਂ ਦੇ ਚੁਣਾਵ ਹੋਏ ਸੀ ਉਹਦੇ ਵਿੱਚ ਇਹਨਾਂ ਨੇ ਹਾਈਜੈਕ ਕੀਤੇ, ਔਰ ਇੱਕ ਚੁਣਾਵ ਕੇਵਲ ਚੁਣਾਵ ਕਮਿਸ਼ਨ ਨੇ ਜਿਹੜਾ ਕਿ ਰੋਕਿਆ ਸੀ ਪਟਿਆਲੇ ਦਾ, ਔਰ ਉਹ ਜਦੋਂ ਚੁਣਾਵ 22 ਇਲੈਕਸ਼ਨ ਕਹਿ ਲਈਏ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤਿਆਸ਼ੀ ਨੇ ਜ਼ਬਰਦਸਤ ਜਿੱਤ ਪ੍ਰਾਪਤ ਕੀਤੀ, ਤਾਂ ਉਹ ਅਸਲੀ ਚੁਣਾਵ ਸੀ ਜਿਹੜਾ ਅਗਲੇ ਦਿਨ ਸੁਰੱਖਿਆ ਪ੍ਰਬੰਧਾਂ ਦੇ ਨਾਲ ਹੋਇਆ, ਉੱਥੋਂ ਹੀ ਕਲੀਅਰ ਹੋ ਗਿਆ ਸੀ ਕਿ ਗੌਰਮੈਂਟ ਜਿਹੜੀ ਹੈ ਬੈਕਡੋਰ ਤੋਂ ਸਿਸਟਮ ਨੂੰ ਹਾਈਜੈਕ ਕਰ ਦੇਗੀ। ਸਰ ਸਟੇਟ ਇਲੈਕਸ਼ਨ ਕਮਿਸ਼ਨਰ ਦੀ ਡਿਊਟੀ ਹੁੰਦੀ ਹੈ ਕਿ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਪਹਿਲਾਂ ਉਹ ਮੀਟਿੰਗ ਕਰਦਾ, ਅਤੇ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੋਈ, ਤੁਹਾਨੂੰ ਲੱਗਦਾ ਵੀ ਸਾਰੀਆਂ ਹਦਾਇਤਾਂ ਉਹਨੂੰ? ਮੈਂ ਉਹੀ ਕਹਿ ਰਿਹਾ ਨਾ ਜੀ ਕਿ ਇੱਕ ਸਰਕਾਰ ਜਿਹੜੀ ਹੈ ਕਾਂਗਰਸ ਦੀ, ਇਹ ਲੋਕਤੰਤਰ ਦੇ ਵਿੱਚ ਤਾਂ ਫੇਲ ਹੋ ਚੁੱਕੀ ਹੈ, ਕਿਉਂਕਿ 1.5 ਸਾਲ ਇਹਨਾਂ ਨੇ ਕੋਈ ਪਰਫੋਰਮ ਹੀ ਨਹੀਂ ਕੀਤਾ, ਕੰਮ ਹੀ ਨਹੀਂ ਕੀਤਾ, ਇਸ ਵੇਲੇ ਉਹ ਅਪਰਾਧੀ ਬਣ ਕੇ ਲੋਕਤੰਤਰ ਦੇ ਜਨਤਾ ਦੇ ਵਿੱਚ ਜਾਣ ਤੋਂ ਡਰ ਰਹੇ ਨੇ, ਅਤੇ ਸੱਤਾ ਜਿਹੜੀ ਹੈ ਇਹ ਤਾਕਤ ਦੇ ਨਾਲ ਦੁਰਉਪਯੋਗ ਕਰਕੇ, ਜੋ ਤਾਕਤ ਵੋਟ ਦੇ ਮਾਧਿਅਮ ਨਾਲ ਜਨਤਾ ਨੇ ਉਹਨਾਂ ਨੂੰ ਸੁਰੱਖਿਆ ਦੇਣ ਲਈ, ਉਹਨਾਂ ਦੇ ਜੀਵਨ ਨੂੰ ਸਰਵ ਸੁਵਿਧਾ ਸੰਪੰਨ ਕਰਨ ਲਈ ਦਿੱਤੀ ਸੀ, ਉਸ ਤਾਕਤ ਦਾ ਇਹ ਦੁਰਉਪਯੋਗ ਕਰਦੇ ਨੇ, ਡੈਮੋਕਰੈਟਿਕ ਪ੍ਰੋਸੈਸ ਨੂੰ ਹਾਈਜੈਕ ਕਰਦੇ ਨੇ, ਬੈਕਡੋਰ ਤੋਂ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਨੇ। ਸੋ ਮੈਂ ਇਹ ਐਪਰੀਹੈਂਸ਼ਨ ਸਮਝ ਰਿਹਾ ਕਿ ਇਹ ਲੋਕ ਕਿਉਂਕਿ ਵੋਟ ਬੈਂਕ ਦੇ ਵਿੱਚ ਤਾਂ ਅੱਗੇ ਜਾ ਨਹੀਂ ਸਕਦੇ, ਦੇ ਹੈਵ ਨੋਟ ਪਰਫੋਰਮਡ ਐਟ ਆਲ, ਦੇ ਹੈਵ ਨੋਟ ਫੁਲਫਿਲਡ ਦੇਅਰ ਪ੍ਰੀ ਪੋਲ ਪ੍ਰੋਮਿਸਿਸ ਜੋ ਇਹਨਾਂ ਦਾ ਮੈਨੀਫੈਸਟੋ ਸੀ, ਤਾਂ ਹੁਣ ਇਹ ਸਿਸਟਮ ਨੂੰ ਹਾਈਜੈਕ ਕਰਨ ਦਾ ਪ੍ਰਯਾਸ ਕਰਨਗੇ। ਮੈਂ ਕਹਿ ਰਿਹਾ ਜੀ ਕਿ ਇਹਨਾਂ ਨੇ ਹਰ ਸਿਸਟਮ ਨੂੰ ਡਿਲੇ ਕੀਤਾ ਤਾਂ ਕਿ ਡੈਮੋਕਰੈਟਿਕ ਤਰੀਕੇ ਦੇ ਨਾਲ ਕੋਈ ਫਾਈਟ ਨਾ ਕਰ ਸਕੇ, ਜਿਸ ਤਰ੍ਹਾਂ ਬੈਕਡੋਰ ਤੋਂ ਹਾਈਜੈਕ ਕਰਨ ਦਾ ਕਿ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਇਨਫੋਰਮੇਸ਼ਨ ਨਾ ਦੇਣੀ, ਉਹ ਸਾਰੀ ਇਨਫੋਰਮੇਸ਼ਨ ਡਿਲੇਟ ਮਿਲ ਰਹੀ ਹੈ, ਪ੍ਰੋਸੈਸ ਨੂੰ ਇੱਕ ਤਰ੍ਹਾਂ ਨਾਲ ਖਤਮ ਕਰਨ ਦਾ ਪ੍ਰਯਾਸ ਹੋ ਰਿਹਾ। ਸੋ ਮੈਂ ਸਮਝਦਾ ਕਿ ਇਲੈਕਸ਼ਨ ਜਿਹੜਾ ਹੈਗਾ ਇਹ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਉਹਨਾਂ ਨੂੰ ਆਪਣੇ ਦਾਇਤਵ ਨੂੰ ਸੰਭਾਲਣਾ ਚਾਹੀਦਾ। ਕੋਈ ਰਣਨੀਤੀ ਤਾਂ ਤੁਸੀਂ ਸੋਚੀ ਵੀ ਬਣਾਈ ਹੈ ਕਿ ਅੱਜੇ ਤੁਹਾਡੇ ਨਾਲ ਧੱਕਾ ਹੁੰਦਾ? ਨਹੀਂ, ਰਣਨੀਤੀ ਤਾਂ ਕਾਰਜਕਰਤਾ ਨਿਡਰ ਹੈ, ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਤਾਂ ਉਦੋਂ ਨਹੀਂ ਡਰਿਆ ਜਦੋਂ ਇਹਨਾਂ ਨੇ ਐਮਰਜੈਂਸੀ ਲਾ ਦਿੱਤੀ ਸੀ, ਸਭ ਨੂੰ ਜੇਲ੍ਹਾਂ 'ਚ ਠੂਸਤਾ ਸੀ, ਫਿਰ ਵੀ ਅਸੀਂ ਲੋਕਾਂ ਦੀ ਆਵਾਜ਼ ਜ਼ਿੰਦਾ ਰੱਖੀ, ਜੇਲ੍ਹਾਂ 'ਚ ਚਲੇ ਗਏ ਸਾਰੇ ਸਾਡੇ ਨੇਤਾ। ਸੋ ਮੈਂ ਉਹੀ ਕਹਿ ਰਿਹਾ ਕਿ ਅਸੀਂ ਡਰਦੇ ਨਹੀਂ, ਪਰ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਆਪਣੇ ਦਾਇਤਵ ਦੀ ਪੂਰਤੀ ਕਰੇ, ਆਪਣੇ ਫੇਲੀਅਰ ਤੋਂ ਡਰ ਕੇ ਲੋਕਤਾਂਤਰਿਕ ਇਲੈਕਸ਼ਨ ਪ੍ਰੋਸੈਸ ਨੂੰ ਹਾਈਜੈਕ ਕਰਨ ਦਾ ਪ੍ਰਯਾਸ ਨਾ ਕਰਨ। ਸਰ ਇੱਕ ਬਹਿਬਲ ਕਾਂਡ ਨੂੰ ਲੈ ਕੇ ਸੀਬੀਆਈ ਤੋਂ ਇਨਕੁਆਇਰੀ ਵਾਪਸ ਮੰਗਾ ਲਈ ਇਹਨਾਂ ਨੇ, ਤੁਹਾਡਾ ਕੀ ਕਹਿਣਾ? ਮੈਂ ਪਹਿਲੇ ਵੀ ਕਿਹਾ ਜੀ ਕਿ ਇਹ ਜੋ ਇਨਕੁਆਇਰੀ ਵਾਪਸ ਲਿੱਤੀ ਹੈ ਇਹਦੇ 'ਤੇ ਸੰਸ਼ੇ ਹੈ, ਦੇਖੋ ਨਿਆਏ ਪ੍ਰਕਿਰਿਆ ਦੇ ਮੈਂ ਕਿਤੇ ਵੀ ਖਿਲਾਫ਼ ਨਹੀਂ ਹਾਂ, ਪਰ ਨਿਆਏ ਨੂੰ ਹਾਈਜੈਕ ਨਾ ਕੀਤਾ ਜਾਏ, ਨਿਆਏ ਨਿਆਏ ਰਹੇ। ਜੋ ਕੁਛ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਦੇ ਨਾਲ ਜੋ ਛੇੜਛਾੜ ਹੋਈ, ਅਸੀਂ ਸਭ ਬਹੁਤ ਦੁੱਖ 'ਚ ਹਾਂ, ਅਸੀਂ ਕਸ਼ਟ 'ਚ ਹਾਂ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੀ ਸਾਡੀ ਸਭ ਦੀ ਆਸਥਾ ਹੈ, ਪਰ ਇਹ ਰਾਜਨੀਤੀ ਨਾ ਕਰਨ। ਰਾਜਨੀਤੀ ਕਰਕੇ ਉਹ ਕਮਿਸ਼ਨ ਬਣਾਇਆ ਜਸਟਿਸ ਰਣਜੀਤ ਸਿੰਘ ਹੋਰਾਂ ਦਾ, ਔਰ ਉਸ ਤੋਂ ਬਾਅਦ ਉਹ ਕਮਿਸ਼ਨ ਦੇ ਗਵਾਹ ਹੀ ਕਹਿੰਦੇ ਨੇ ਕਿ ਸਾਨੂੰ ਬਿਨਾਂ ਦਿਖਾਏ ਸਾਡੇ ਕੋਲ ਸਿਗਨੇਚਰ ਕਰਾਏ ਜਿਹੜੇ ਇਹਨਾਂ ਦੇ ਮੰਤਰੀ ਰੰਧਾਵਾ ਸਾਹਿਬ ਨੇ, ਔਰ ਐਸੀ ਰਿਪੋਰਟ ਜਿਹੜੀ ਮੈਨੂੰ ਬਾਇਸਡ ਲੱਗ ਰਹੀ ਹੈ। ਔਰ ਉਸ ਤੋਂ ਬਾਅਦ CBI ਇੱਕ ਉਹ ਏਜੰਸੀ ਹੈ ਜਿਹੜੀ ਟਰਸਟਿਡ ਹੈ, ਸਟੇਟਸ ਜਿਸ ਵੇਲੇ ਕਿਸੇ ਵੀ ਨਿਆਏ ਪ੍ਰਕਿਰਿਆ ਦੇ ਵਿੱਚ ਸਟੇਟ ਦੀਆਂ ਏਜੰਸੀਆਂ ਜਿਸ ਵੇਲੇ ਨਹੀਂ ਕੰਮ ਕਰ ਸਕਦੀਆਂ, ਫੇਲ ਹੋ ਜਾਂਦੀਆਂ, ਫਿਰ ਮੁੱਖ ਮੰਤਰੀ CBI ਦੀ ਇਨਕੁਆਇਰੀ ਦੀ ਮੰਗ ਕਰਦੇ ਨੇ। ਇਹ ਰਿਵਰਸ ਗੇਅਰ ਕੋਲ ਆ ਰਹੇ ਨੇ ਕਿ CBI ਤੋਂ ਕੇਸ ਵਾਪਸ ਲੈ ਕੇ ਸਟੇਟ ਏਜੰਸੀ ਨੂੰ। ਆਈ ਸਮੈਲ ਸਮ ਕੋਂਸਪੀਰੇਸੀ ਇਨ ਦਿਸ।